ग्रेट पंजाबी प्रोग्राम दे सारे ही दर्शकों नूं के एस मक्खण वल्लों प्यार भरी सति श्री अकाल जी। ਐਵੇਂ ਹੁਣ ਆਪਾਂ ਗੋਲ ਮੋਲ ਗੱਲਾਂ ਨਹੀਂ ਕਰਨੀਆਂ ਸਲੂਜਾ ਜੀ। ਪੰਜਾਬ ਹੁਣ ਗੰਦਲਾ ਪੰਜਾਬ ਆ ਜੀ ਜੀ, ਕਿਉਂਕਿ ਲੋਕ ਆਪ ਮਾਰੇ ਹੋ ਗਏ ਆ। ਮੱਖਣ ਸਾਹਿਬ ਹੁਣ ਆਪਾਂ ਉਸ ਮਤਲਬ ਸਿੱਖੀ ਤੋਂ ਥੋੜ੍ਹਾ ਜਿਹਾ ਮਤਲਬ ਵਾਪਸ ਮੁੜੇ ਆ ਇੰਡਸਟਰੀ ਵੱਲ, ਅਤੇ ਕੀ ਸੋਚ ਕੇ ਵਾਪਸ ਆਏ ਹੋ? ਨਹੀਂ ਮੈਂ ਨਹੀਂ ਵਾਪਸ ਆਇਆ ਜੀ, ਮੈਨੂੰ ਵਾਪਸ ਲਿਆਂਦਾ ਗਿਆ। ਮੀਡੀਆ ਵੀ ਜਦੋਂ ਕੁਐਸਚਨ ਕਰਦਾ ਆਪਣੀ ਟੀ ਆਰ ਪੀ ਲਈ, ਉਹ ਵੀ ਆ ਕੇ ਪੁੱਠਾ ਹੀ ਕੁਐਸਚਨ ਕਰੂ ਜੀ। ਟ੍ਰੈਂਡ ਬਦਲਦੇ ਰਹਿੰਦੇ ਆ, ਜਿੱਦਾਂ ਪਹਿਲਾਂ ਮੈਂ ਆ ਕੇ ਟ੍ਰੈਂਡ ਬਦਲਿਆ, ਬਾਹਰਲਾ ਮਿਊਜ਼ਿਕ ਲਿਆਂਦਾ ਅਮਨ ਹੀਰ ਦਾ। ਮੈਂ ਉਹ ਪਹਿਲਾਂ ਬਹੁਤ ਕੁਛ 20 ਸਾਲ ਪਹਿਲਾਂ ਕਰ ਦਿੱਤਾ ਜਿਹੜਾ ਅੱਜ ਚੱਲ ਰਿਹਾ। ਹੁਣ ਤੁਸੀਂ ਪਤਾ ਕਰੋ ਕੌਣ ਕੁੜੀ ਇਸ ਟਾਈਮ ਨੰਬਰ 1 ਤੇ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ, ਉਹੀ ਮਿਊਜ਼ਿਕ ਆ 20 ਸਾਲ ਪਹਿਲਾਂ। ਨਹੀਂ ਆ ਤੁਸੀਂ ਦੇਖੋ ਜੱਟ ਫੇਰਿਆ ਤਿਆਰ ਕੁੱਤੀ ਪਾਉਣ, ਮੰਗਲ ਗ੍ਰਹਿ ਤੱਕ ਸੋਚ ਰੱਖਦਾ, ਘੈਂਟ ਵਰਡਿੰਗ, ਸੋਲਿਡ ਵਰਡਿੰਗ, ਪੰਜਾਬੀਆਂ ਦੇ ਰੂਹ ਦੀ ਖੁਰਾਕ ਜਿਹੜੀ ਥਾਲੀ ਚ ਪਰੋਸ ਕੇ ਦੱਸੇ, ਡੋਲਿਆਂ ਚ ਜਾਣ ਚਾਹੀਦੀ, ਸੇਮ ਸਾਈਜ਼ ਆ ਨਹੀਂ ਬਦਲੋ, ਥੋੜਾ ਐਂਟਰਟੇਨਮੈਂਟ ਹੋਰ ਹੋ ਜਾਂਦਾ ਉਹਦੇ ਲਾ ਕੇ। ਫਿਰ ਨਿਆਣੇ ਜਦੋਂ ਜਿਮ ਚ ਲੋਹਾ ਖੜਕਾਉਂਦੇ ਵਧੀਆ ਲੱਗਦਾ, ਹੋਰ ਆ ਰਹੇ ਮੇਰੇ ਇੱਕ ਦੋ ਗੀਤ। ਤਾਂ ਪਹਿਲਾਂ ਮੈਂ ਗੀਤ ਗਾਇਆ ਸੀ ਸਿਹਤ ਨਾਲ ਪ੍ਰੀਤਾਂ ਫਿੱਟ ਰੱਖੀਏ ਤਬੀਤਾਂ, ਤੇ ਸੋ ਮੇਰੇ ਵੱਲੋਂ ਕੋਸ਼ਿਸ਼ ਹੁੰਦੀ ਆ, ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ। ਜਿੰਨੇ ਰੈਪਰ ਆਉਂਦੇ ਨਵੇਂ, ਮੈਂ ਕਦੀ ਉਹਨਾਂ ਨੂੰ ਇਗਨੋਰ ਨਹੀਂ ਕੀਤਾ, ਤੇ ਮੇਰੀ ਕੋਸ਼ਿਸ਼ ਹੁੰਦੀ ਆ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਚਾਹ ਪਾਣੀ ਪੀਵੋ, ਗੱਪ ਸ਼ੱਪ ਲਾਵੋ, ਵਿੱਚੋਂ ਕੋਈ ਨਾ ਕੋਈ ਚੀਜ਼ ਮਿਲਦੀ। ਗਿਣਤੀ ਚੌਂਕੀ ਦੇ ਗਾਇਕਾਂ 'ਚ ਹੋਣਾ ਵੀ ਜਿਹੜੇ ਮੈਂ ਨਵੇਂ ਮੁੰਡਿਆਂ ਨੂੰ ਬਹੁਤ ਗਾਇਆ, ਅਤੇ ਜਿੱਥੇ ਮੇਰਾ ਲਾਲ ਟੋਲੀ ਵਾਲਾ ਰਾਈਟਰ ਆ, ਕਾਲਾ ਨਿਜ਼ਾਮਪੁਰੀ, ਇੰਦਾ ਰਾਏ ਕੋਟੀ, ਦਵਿੰਦਰ ਬੈਲੀਪਾਲ, ਅਤੇ ਆਪਣੇ ਜਤਿੰਦਰ ਡਮੇਲੀ ਵਾਲਾ, ਸੋ ਇਹ ਮੇਰੇ ਮਿੱਤਰ ਵੀ ਆ, ਅਤੇ ਮੈਂ ਅਕਸਰ ਇਹਨਾਂ ਨਾਲ ਹੈਲੋ ਹਾਈ ਕਰ ਦਿੰਦਾ, ਅਤੇ ਅਸੀਂ ਕਨੇਡਾ ਰਹਿੰਦੇ 3-4 ਹੀਰ ਰਾਈਟਰ, ਭਿੰਦਾ ਵੀ ਉੱਥੇ ਚੱਲ ਗਿਆ ਜਮਸ਼ੀਰ ਵਾਲਾ, ਸੋ ਮਿੰਟੂ ਹੀਰਾਂ ਵਾਲਾ ਆ, ਅਤੇ ਮੈਂ ਹੋਰ ਬਹੁਤ ਆ ਜਾਣੀ ਕਿ ਲੰਬੀ ਕਤਾਰ ਆ, ਉਹ ਨਾਂ ਤਾਂ ਨਹੀਂ ਲਏ ਹੋਣੇ, ਅਤੇ ਇਹਨਾਂ ਨੂੰ ਮੈਂ ਆਲਵੇਜ਼ ਪਹਿਲਾਂ ਕਾਲ ਕਰਨੀ ਹੁੰਦੀ ਆ ਵੀ ਆਪਾਂ ਹੁਣ ਗੀਤ ਕਰਨਾ, ਅਤੇ ਦੇਖੋ ਤਾਂ ਹੁਣ ਜਿਹੜਾ ਮੇਰਾ ਦੌਰ ਚੱਲ ਰਿਹਾ ਇਹ ਗੋਪੀ ਸੰਧੂ ਮੇਰਾ ਪਿੰਡੂ ਆ, ਛੋਟਾ ਵੀਰ ਆ ਮੇਰਾ, ਉਹ ਵੀ ਕਨੇਡਾ ਚੱਲ ਗਿਆ, ਅਤੇ ਉਹਦੇ ਮੈਂ ਕਾਫੀ ਗੀਤ ਆ ਜਿਹੜੇ ਹੁਣ ਮੈਂ ਦੱਸਿਆ, ਫਲੱਡ ਵੇਕ, ਮਾਈ ਬੋਇਜ਼, ਹੋਰ ਗੀਤ ਆ ਰਹੇ ਆ, ਤੈਨੂੰ ਪਤਾ ਸਾਡੇ ਨਾਲ ਕੌਣ ਕੌਣ ਹੁੰਦਾ, ਤੁਸੀਂ ਪਾਸਾ ਵੀ ਨਹੀਂ ਲੈ ਸਕਦੇ, ਹਾਂ ਤੇ ਉਹ ਮਾੜੀ ਮੋਟੀ ਕੋਈ ਗੱਲ ਕਿਸੇ ਦੀ ਸੁਣ ਵੀ ਲਈ, ਆਪ ਤਾਂ ਨਹੀਂ ਤੁਸੀਂ ਕੀਤੀ, ਤਾਂ ਵੀ ਬਾਤ ਦਾ ਪਤੰਗੜ ਬਣ ਜਾਣਾ, ਸੋ ਇਹ ਭੈ ਦੇ ਵਿੱਚ ਰਹਿ ਕੇ ਆਪਾਂ ਉਹ ਫਿਰ ਕੋਈ ਨਹੀਂ, ਫਿਲਮਾਂ ਹੁਣ ਬਣ ਜਾਣਗੀਆਂ ਵਿਦਆਊਟ ਰੀਜ਼ਨ ਦੀ, ਮੈਂ ਕੰਟਰੋਵਰਸੀ 'ਚ ਮੈਂ ਉਹ ਫੇਮ ਨਹੀਂ ਚਾਹੁੰਦਾ, ਠੀਕ ਨਹੀਂ, ਇੱਥੇ ਦੋ ਬੋਲ ਮੈਂ ਬੋਲਦੇ ਹਾਂ ਅਤੇ ਅੱਗ ਭੂਲਾ ਹੋ ਜਾਣਾ ਕੰਮ, ਅਤੇ ਆਈ ਡੋਂਟ ਵਾਂਟ ਇਟ, ਕਿਉਂਕਿ ਮੈਂ ਇਹ ਚੀਜ਼ ਦੇ ਨਾਲ ਪ੍ਰਸਿੱਧੀ ਖੱਟਾਂ, ਮੈਂ ਉੱਦਾਂ ਹੀ ਠੀਕ ਆ, ਜਿੱਥੇ ਜਾਂਦੇ ਹਾਂ ਉੱਤਰਦੇ ਹਾਂ, ਅਗਲੇ ਨੂੰ ਪਤਾ ਵੀ ਇਹ ਕੇ ਐਸ ਮੱਖਣ, ਹੋਰ ਕੀ ਚਾਹੀਦਾ ਰੱਬ, ਐਵੇਂ ਤਾਲੇ ਕਰਨ ਦੀ ਕੋਈ ਲੋੜ ਨਹੀਂ, ਜੇ ਮਹਾਰਾਜ ਨੇ ਤੁਹਾਨੂੰ ਸ਼ੋਹਰਤ ਬਖਸ਼ ਦਿੱਤੀ ਆ, ਸ਼ੋਹਰਤ ਮਾੜੀ ਚੀਜ਼ ਨਹੀਂ ਕੋਈ। ਪੇਸ਼ ਹੈ ਤੁਹਾਡੇ ਸਾਹਮਣੇ ਕੇ ਐਸ ਮੱਖਣ ਜੀ। ਸਰ ਤੁਹਾਡਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੀ ਗ੍ਰੇਟ ਪੰਜਾਬੀ ਸ਼ੋਅ ਵਿੱਚ। ਤੁਹਾਨੂੰ ਅੱਜ ਸਰੋਤੇ ਦੇਖ ਰਹੇ ਨੇ ਜੀ, ਰੂਬਰੂ ਹੋ ਰਹੇ ਨੇ ਤੁਹਾਡੇ, ਧੰਨਵਾਦ ਸਾਡੇ। ਹਾਂਜੀ ਸਲੂਜਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗ੍ਰੇਟ ਪੰਜਾਬੀ ਪ੍ਰੋਗਰਾਮ ਦੇ ਸਾਰੇ ਹੀ ਦਰਸ਼ਕਾਂ ਨੂੰ ਕੇ ਐਸ ਮੱਖਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਕੇ ਐਸ ਮੱਖਣ ਜੀ,
जे आपां गलबात दा सिलसिला शुरू करिए ते तुहाडा प्यार हले भी पंजाब नाल हैगा कि कनेडा च अजकल प्यार वंड रहा है? ये तो जी पंजाबी हाँ जी पंजाब नाल ही प्यार आ जी जी हाँ जिथे जिदा भाजी ने कहा सी भी जिस मुल्क दा खाइए जी जी कोई बुरा नहीं मंगीदा जी ते हुण कनेडा परिवार दे नाल उत्थे रहिंदे आ जी जी ते मेरा तो आना जाना बनया रहिंदा जी 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 उत्थे भी पंजाबियां वाला मार्क आ जी 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 ते होर कोई बोली आउंदी भी नहीं आपां जी जी सिर्फ पंजाबी 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 जी जी बाकी जिथे के एस मक्खन जी चले जाने उत्थे पंजाब अपने आप ही चला जांदा जी पिछे ते भाजी जिवें आपां इधरली गल करिए कि पंजाब हुण तुहानूं की लगदा पहले वाला रंगला रहा है कि नहीं रहा नहीं देखो इहदे विच एवी हुण आपां गोल मोल गल्लां नहीं करनियां सलूजा जी 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 पंजाब हुण गंदला पंजाब आ जी जी क्योंकि लोग आप मुहारे हो गए आ जी जी ਤੁਸੀਂ ਮੈਨੂੰ ਨਹੀਂ ਪਸੰਦ ਕਰਦੇ ਮੈਂ ਉਹਨੂੰ ਨਹੀਂ ਪਸੰਦ ਕਰਦਾ ਬਸ ਉਹ ਚੇਨ ਇੱਦਾਂ ਦੀ ਬਣੀ ਆ ਵੀ ਆਪ ਮੁਹਾਰੇ ਲੋਕ ਹੋਏ ਆ ਅਤੇ ਕਿਸੇ ਨਾਲ ਕੋਈ ਮਤਲਬ ਨਹੀਂ ਬਸ ਆਪਣਾ ਹੀ ਉੱਲੂ ਸਿੱਧਾ ਰੱਖਣ ਲਈ ਆ ਕੋਈ ਇਸ ਗੱਲ ਨਾਲ ਕੋਈ ਵੀ ਜੀ ਜੀ ਸਹਿਮਤ ਹੋਵੇ ਜਾਂ ਨਾ ਹੋਵੇ ਜੋ ਦੇਖਣ ਨੂੰ ਆ ਜੋ ਨਿਊਜ਼ ਆ ਸੋਸ਼ਲ ਮੀਡੀਆ ਭਰਿਆ ਪਿਆ ਆ ਕਿ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਹੋਰ ਕਿਸੇ ਲੋਕਾਂ ਦੀ ਨਿਊਜ਼ ਨਹੀਂ ਆਉਂਦੀ ਜੀ ਜੀ ਅਤੇ ਇੱਥੇ ਪੰਜਾਬ ਆ ਅਤੇ ਪੰਜਾਬੀ ਆਪਸ ਵਿੱਚ ਬਸ ਲੜਨ ਮਾਰਨ ਲਈ ਤਿਆਰ ਹੋਏ ਆ ਜੀ 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 ਔਰ ਪਤਾ ਨਹੀਂ ਕਿੰਨੇ ਵਾਸਤੇ ਲੜ ਰਹੇ ਨੇ ਇਹ ਵੀ ਹੈ ਨਾ ਹਾਂਜੀ ਇਹ ਇੱਥੇ ਇਹ ਗੱਲ ਕਰਕੇ ਜੇ ਤੁਸੀਂ ਦੁਬਾਰਾ ਕੁਐਸਚਨ ਕਰੋ ਤਾਂ ਬਸ ਹੱਸ ਹੀ ਸਕਦੇ ਹਾਂ ਠੀਕ ਹੈ ਜੀ ਹਾਂ ਖਚਰੀ ਜੀ ਸਮਾਈਲ ਦੇ ਸਕਦੇ ਇਸ ਗੱਲ ਦਾ ਇਹਦਾ ਆਨਸਰ ਤਾਂ ਇੰਨਾ ਕਹੀ ਆ ਜੀ ਜੀ ਠੀਕ ਹੈ ਜੀ ਸ਼ੁਕਰੀਆ ਜੀ ਅਤੇ ਪਿੱਛੇ ਜੀ ਮੱਖਣ ਸਾਹਿਬ ਤੁਸੀਂ ਜਿਵੇਂ ਇੱਕ ਹਿੱਟ ਇੰਡਸਟਰੀ ਨੂੰ ਛੱਡ ਕੇ ਜੀ ਵਾਪਸ ਚਲੇ ਗਏ ਸੀ ਆਪਣੇ ਸਿੱਖੀ ਵੱਲ ਹੈ ਨਾ ਅਤੇ ਕੀ ਤੁਸੀਂ ਸੋਚ ਕੇ ਗਏ ਸੀ ਕੀ ਮਨ 'ਚ ਆਇਆ ਸੀ ਇਹ ਜੀ ਕਰੇ ਕਰਾਵੇ ਆਪੇ ਆਪੇ ਗੁਰੂ ਦਾ ਭਾਣਾ ਹੈ ਜੀ ਜਿੱਧਰ ਨੂੰ ਉਹਨੇ ਲੈ ਕੇ ਜਾਣਾ ਉੱਧਰ ਨੂੰ ਲੈ ਕੇ ਜਾਣਾ ਜਿਹਦੇ ਵਿੱਚ ਬੰਦੇ ਦੇ ਆਪਣੇ ਹੱਥ ਵੱਸ ਨੇ ਜੀ ਜੀ ਕੁਛ ਵੀ ਜੋ ਹੋਣਾ ਹੋ ਕੇ ਰਹਿਣਾ ਜੀ ਜੀ ਇਹਦਾ ਤਾਂ ਆਨਸਰ ਇਹੀ ਆ ਜੀ ਜੀ ਅਤੇ ਮੱਖਣ ਸਾਹਿਬ ਹੁਣ ਆਪਾਂ ਉਸ ਮਤਲਬ ਸਿੱਖੀ ਤੋਂ ਥੋੜ੍ਹਾ ਜਿਹਾ ਮਤਲਬ ਵਾਪਸ ਮੁੜੇ ਹਾਂ ਇੰਡਸਟਰੀ ਵੱਲ ਹੈ ਨਾ ਜੀ ਅਤੇ ਕੀ ਸੋਚ ਕੇ ਵਾਪਸ ਆਏ ਹੋ ਨਹੀਂ ਮੈਂ ਨਹੀਂ ਵਾਪਸ ਆਇਆ ਜੀ ਮੈਨੂੰ ਵਾਪਸ ਲਿਆਂਦਾ ਗਿਆ ਸੋ ਆਪਣੇ ਹੀ ਬੰਦਿਆਂ ਨੇ ਜੀ ਜੀ ਹੁਣ ਜਦੋਂ ਬੰਦੇ ਦੇ ਐਡਾ ਐਡਾ ਦਾੜਾ ਹੋਵੇ ਅਤੇ ਐਵੇਂ ਕੋਈ ਟੂਟੀ ਲੰਘ ਜਾ ਉੱਠ ਕੇ ਆਪਣੇ 'ਤੇ ਫੇਸਬੁੱਕ 'ਤੇ ਤੁਹਾਨੂੰ ਗਾਲਾਂ ਕੱਢੇ ਉਹਨੂੰ ਕੋਈ ਸਮਝਾਉਣ ਵਾਲਾ ਨਾ ਹੋਵੇ ਕੋਈ ਸਰਮੌਰ ਸੰਸਥਾ ਨਾ ਹੋਵੇ ਉਹਨਾਂ ਨੂੰ ਕਹਿਣ ਵਾਲੀ ਮੈਂ ਗਲਤੀ ਕਰਦਾ ਮੈਨੂੰ ਕੋਈ ਬਿਠਾਉਣ ਵਾਲਾ ਹੋਵੇ ਕੋਈ ਹੋਰ ਗਲਤੀ ਕਰਦਾ ਉਹਨੂੰ ਕੋਈ ਬਿਠਾਉਣ ਵਾਲਾ ਹੋਵੇ ਉੱਦਾਂ ਦਾ ਕੋਈ ਸਿਸਟਮ ਹੈ ਨੀਗਾ ਅਤੇ ਫਿਰ ਉਹਦੇ ਨਾਲੋਂ ਬੈਟਰ ਸੀ ਵੀ ਜੇ ਮੰਨ ਲਓ ਮੈਂ ਹੀ ਗਲਤ ਹਾਂ ਐਗਜ਼ਾਮਪਲ ਦੇ ਤੌਰ 'ਤੇ ਅਤੇ ਫਿਰ ਜੇ ਮੈਂ ਸਮਝ ਰੱਖਦਾ ਵੀ ਮੈਂ ਮੇਰੇ 'ਤੇ ਗਲਤੀ ਦਾ ਲੱਗ ਰਿਹਾ ਕੋਈ ਹਾਲੇ ਕੋਈ ਲੱਭਣ ਪਾਉਣ ਨੂੰ ਕੁਛ ਹੈ ਨੀਗਾ ਅਤੇ ਫਿਰ ਬੰਦਾ ਸੋਚਦਾ ਯਾਰ ਮੇਰੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਜੀ ਕਮਿਊਨਿਟੀ ਦਾ ਨੁਕਸਾਨ ਨਾ ਹੋਵੇ ਧਰਮ ਦਾ ਨੁਕਸਾਨ ਨਾ ਹੋਵੇ ਉਹਨੂੰ ਬੇਬੈਠ ਰਿਹਾ ਜਿੱਥੋਂ ਕਿ ਤੁਸੀਂ ਤੁਰੇ ਸੀ ਉੱਥੇ ਉਸ ਰਾਹ 'ਤੇ ਮੁੜ ਕੇ ਚਲੇ ਜਾਓ ਪਰ ਇਹ ਵੀ ਹੈਗਾ ਕਹਿੰਦੇ ਜੀ ਇੱਕ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਗੱਲ ਕਿ ਇੱਕ ਸਮਝਦਾਰ ਸ਼ਖਸੀਅਤ ਸੀ ਮਤਲਬ ਜਿਹੜੇ ਕਿ ਇਹ ਕੁਛ ਗੱਲਾਂ ਕਰ ਰਹੇ ਨੇ ਉਸ ਪਿੱਛੇ ਕਿ ਨਹੀਂ ਤਾਂ ਕੋਈ ਹੋਰ ਸ਼ਖਸੀਅਤ ਹੁੰਦੀ ਤਾਂ ਕਿੱਥੇ ਨਾ ਕਿੱਥੇ ਗੱਲ ਲੈ ਜਾਂਦੀ ਇੱਕ ਇਹਨਾਂ ਦੀ ਸਮਝ ਸੀ ਜੀ ਅਤੇ ਮੱਖਣ ਸਾਹਿਬ ਮਤਲਬ ਹੁਣ ਤੁਸੀਂ ਵਾਪਸ ਆਏ ਹੋ ਇਸ ਇੰਡਸਟਰੀ ਵਿੱਚ ਤਾਂ ਤੁਸੀਂ ਕੁਛ ਬਦਲਾਵ ਦੇਖਦੇ ਹੋ ਕਿ ਪਹਿਲੇ ਤਰ੍ਹਾਂ ਹੀ ਹੈ ਸਭ ਕੁਛ ਪਹਿਲਾਂ ਤਰ੍ਹਾਂ ਹੀ ਆ ਜੀ ਉਸੇ ਤਰ੍ਹਾਂ ਪ੍ਰੋਗਰਾਮ ਲੱਗਦੇ ਜੀ ਉਹੋ ਹੀ ਸਾਊਂਡਾਂ ਉਹੋ ਹੀ ਮਜੀਸ਼ੀਅਨ ਉਹੋ ਹੀ ਗੀਤ ਜੀ ਜਿੰਦਾਬਾਦ ਆ ਜੀ ਅਤੇ ਨਵੇਂ ਟਰੈਕ ਲਿਆਂਦੇ ਆ ਉਹ ਦੁਬਾਰਾ ਹੁਣ ਛੁੱਟੀ ਪਾ ਰਹੇ ਹਾਂ ਜੀ 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 ਗੀਤ ਵੀ ਗਾਤਾ ਅਤੇ ਪੈ ਵੀ ਰਹੀ ਆ ਬਾਕੀ ਮਹਾਰਾਜ ਤੰਦਰੁਸਤੀ ਦੇਵੇ ਬਿਲਕੁਲ ਜੀ ਬਿਲਕੁਲ ਉਹ ਤਾਂ ਸਾਰਿਆਂ ਦੁਆਵਾਂ ਜੀ ਸਾਰੇ ਪੰਜਾਬੀ ਸ਼ਰੋਤੇ ਆਲ ਓਵਰ ਇੰਡੀਆ ਐਕਚੁਲੀ ਸਲੂਜਾ ਜੀ ਇਹ ਮੈਂ ਬਹੁਤ ਪੁਰਾਣੇ ਟਾਈਮ ਤੋਂ ਜਦੋਂ ਮੈਂ ਸਟਾਰਟ ਕੀਤਾ ਆ ਜੀ ਜੀ ਉਦੋਂ ਦੀ ਗੱਲ ਇੱਕ ਘੁੰਡੀ ਨਿਕਲ ਨਹੀਂ ਰਹੀ ਵਿੱਚੋਂ ਕਿਉਂਕਿ ਜਿਹੜਾ ਮਿਊਜ਼ਿਕ ਇੰਡਸਟਰੀ ਆ ਇਹਨੂੰ ਧਾਰਮਿਕ ਖਿੱਤੇ ਨਾਲ ਨਹੀਂ ਜੋੜਨਾ ਚਾਹੀਦਾ ਜੀ ਜੀ ਸੋ ਇਹ ਬਹੁਤ ਵੱਡਾ ਫੰਡਾ ਆ ਮੀਡੀਆ ਵੀ ਜਦੋਂ ਕੁਐਸਚਨ ਕਰਦਾ ਆਪਣੀ ਟੀ ਆਰ ਪੀ ਲਈ ਉਹ ਵੀ ਆ ਕੇ ਪੁੱਠਾ ਹੀ ਕੁਐਸਚਨ ਕਰੂ ਜਾਂ ਜਿਹਨੇ ਦੂਜੇ ਜਾਣੀ ਕਿ ਦੋ ਚੀਜ਼ਾਂ ਆ ਇੱਕ ਇਹ ਧਾਰਮਿਕ ਖਿੱਤਾ ਆ ਅਤੇ ਇੱਕ ਹੈਗਾ ਆ ਆਪਣਾ ਕਲਚਰ ਇਹਨਾਂ ਦੋਨਾਂ ਨੂੰ ਰਲ ਗੱਡ ਨਹੀਂ ਕਰਨਾ ਚਾਹੀਦਾ ਉਹ ਇੱਕ ਅਲੱਗ ਮੈਟਰ ਆ ਅਤੇ ਉਹ ਸੋ ਇਸ ਕਰਕੇ ਮੇਰੇ ਅੰਦਰ ਇੱਕ ਤੜਫ ਰਹੀ ਵੀ ਇਹ ਦੋ ਚੀਜ਼ਾਂ ਅਲੱਗ ਆ ਇਹ ਨਦੀ ਦੇ ਦੋ ਕਿਨਾਰੇ ਆ ਜੀ ਜੀ ਇਹਨਾਂ ਨੂੰ ਜਦੋਂ ਗੱਲ ਕਰਨ ਲੱਗਿਆਂ
ਵੀ ਜੇ ਚੱਲਦਾ ਸਾਰੀ ਦੁਨੀਆ ਕਰਦੀ ਆ ਠੀਕ ਨੀ ਠੀਕ ਹੈ ਸਾਰੇ ਸੁਣਦੇ ਆ ਜੀ ਜੀ ਬਿਲਕੁਲ ਮਿਊਜ਼ਿਕ ਸੁਣਦੇ ਦੇਖੋ ਹੁਣ ਤੁਸੀਂ ਜਾਓ ਆਪਣੇ ਜਿੱਧਰਲੇ ਵੀ ਪਾਸੇ ਮਰਜ਼ੀ ਚਲ ਜਾਓ ਤੁਸੀਂ ਜੀ ਮਿਊਜ਼ਿਕ ਇੱਕ ਦਿਲ ਦੀ ਆਵਾਜ਼ ਹੈ ਮਿਊਜ਼ਿਕ ਇੱਕ ਦਿਲ ਨਾਲ ਅਹਿਸਾਸ ਹੈ ਇੱਕ ਅਹਿਸਾਸ ਹੈ ਇਹ ਇੱਕ ਐਂਟਰਟੇਨਮੈਂਟ ਆ ਜੀ ਜੀ ਬਿਲਕੁਲ ਇਹ ਧਾਰਮਿਕ ਖਿੱਤਾ ਨਹੀਂ ਗਾ ਨਹੀਂ ਗਾ ਵਾਕਈ ਜੀ ਵਾਕਈ ਬਿਲਕੁਲ ਸਹੀ ਹੈ ਜੀ ਸੋ ਇਸ ਕਰਕੇ ਇਹਨੂੰ ਰਲ ਗੱਡ ਨਹੀਂ ਕਰਨਾ ਚਾਹੀਦਾ ਹਾਂ ਜਿੱਦਾਂ ਮੈਂ ਸਰਦਾਰ ਆ ਮੇਰੇ ਦਾੜੀ ਆ ਮੈਂ ਅਮਰ ਸ਼ਾਹ ਕਿਹਾ ਮੈਨੂੰ ਉਹ ਜਿਹਾ ਨਹੀਂ ਕਰਨਾ ਚਾਹੀਦਾ ਜੀ ਜੀ ਤੇ ਜੇ ਤੁਸੀਂ ਦੂਜੇ ਠੀਕ ਆ ਵੀ ਉੱਥੇ ਐਕਸੈਪਟੇਬਲ ਨਹੀਂ ਗਾ ਜੀ ਜੀ ਫਿਰ ਤਾਂ ਪੰਗਾ ਪਊਗਾ ਹੀ ਪਊਗਾ ਫਿਰ ਤੁਸੀਂ ਗਲਤ ਹੈਗੇ ਆ ਜੀ ਜੀ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਲੱਗ ਅਲੱਗ ਦੇਖਣਾ ਚਾਹੀਦਾ ਜੀ ਜੀ ਇਹਨਾਂ ਤੇ ਅਲੱਗ ਅਲੱਗ ਕੁਐਸਚਨ ਹੋਣੇ ਚਾਹੀਦੇ ਆ ਜੀ ਜੀ ਸੋ ਇਹਨੂੰ ਰਲ ਗੱਡ ਨਹੀਂ ਕਰਨਾ ਚਾਹੀਦਾ ਨਹੀਂ ਹੋਣਾ ਚਾਹੀਦਾ ਸੋ ਇਹ ਮੈਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਜੀ ਜੀ ਗੱਲ ਕਰਨੀ ਚਾਹੁੰਦਾ ਕਿ ਜਿੰਨੇ ਵੀ ਆਰਟਿਸਟ ਆ ਉਹਨਾਂ ਨੂੰ ਇਹ ਗੱਲ ਖੁੱਲ ਕੇ ਕਰਨੀ ਚਾਹੀਦੀ ਕਿ ਇਹ ਦੋ ਚੀਜ਼ਾਂ ਅਲੱਗ ਆ ਇਹ ਤੇ ਬੜਾ ਮੁੱਦਾ ਉੱਠਦਾ ਜੀ ਬਿਲਕੁਲ ਜੇ ਹੁਣ ਆਮ ਬੰਦਾ ਕਹਿ ਦਿੰਦਾ ਜੀ ਇਹ ਜਿੱਦਾਂ ਆਰਟਿਸਟਾਂ ਨੂੰ ਕੀ ਇਹ ਕੰਜਰਾਂ ਵਾਲਾ ਕੰਮ ਆ ਜੀ ਜੀ ਆਪਾਂ ਕਲਸਰ ਹਾਂ ਅਕਸਰ ਕਹਿ ਦਿੰਦੇ ਕਿ ਖੁੱਲ ਕੇ ਗੱਲ ਕਰਦਾ ਉਹਨਾਂ ਨੇ ਤਾਂ ਕਿਉਂਕਿ ਜਿਹੜੇ ਮਹਾਰਾਜ ਨੇ ਸਵਾਸ ਦਿੱਤੇ ਆ ਬਿਲਕੁਲ ਹੋ ਹੀ ਨਹੀਂ ਸਕਦਾ ਤੁਹਾਡੀ ਪਛਾਣ ਹੀ ਇਹੀ ਹੈ ਜੀ ਨਹੀਂ ਨਹੀਂ ਉਹ ਤਾਂ ਹੈ ਪਰ ਸੂਈ ਇਧਰੋਂ ਇਧਰ ਹੋ ਨਹੀਂ ਸਕਦੀ ਜੀ ਜੀ ਜੋ ਹੈ ਉਹ ਹੈ ਹਾਂ ਠੀਕ ਹੈ ਤੇ ਜੇ ਰੱਬ ਨੇ ਜਿੱਥੇ ਵੀ ਜਿੰਨਾ ਤੁਹਾਨੂੰ ਸਾਹ ਬਖਸ਼ੇ ਆ ਤੇ ਉਹਦੇ ਵਿੱਚ ਤੁਸੀਂ ਖੁੱਲ ਕੇ ਗੱਲ ਕਰਨੀ ਚਾਹੀਦੀ ਐਵੇਂ ਆਪਣੇ ਅੰਦਰ ਹੀ ਬਿਮਾਰੀਆਂ ਲੈ ਕੇ ਮਰ ਜਾਓ ਜੀ ਜੀ ਇਹ ਚੰਗੀ ਗੱਲ ਨਹੀਂ ਹਾਂਜੀ ਮੈਂ ਬਸ ਉਹੀ ਇੱਕ ਗੱਲ ਕਹਿ ਰਿਹਾ ਸੀ ਕਿ ਸਾਨੂੰ ਇਸ ਇਹਨਾਂ ਚੀਜ਼ਾਂ ਨੂੰ ਰਲ ਗੱਢ ਨਹੀਂ ਕਰਨਾ ਚਾਹੀਦਾ ਜੀ ਜੀ ਇਹ ਨਦੀ ਦੇ ਦੋ ਕਿਨਾਰੇ ਆ ਜਿੱਦਾਂ ਮੈਂ ਤੁਹਾਨੂੰ ਸ਼ਾਰਟਕੱਟ 'ਚ ਵੀ ਦੱਸ ਦਿੰਦਾ ਪਹਿਲਾਂ ਵਿਸਥਾਰ ਨਾਲ ਬਾਕੀ ਆਰਟਿਸਟਾਂ ਨੂੰ ਵੀ ਉਦੋਂ ਬੋਲਣਾ ਚਾਹੀਦਾ ਜਦੋਂ ਕੋਈ ਕਹਿੰਦਾ ਕਿਉਂਕਿ ਜੇ ਇੱਥੇ ਮਿਊਜ਼ਿਕ ਨਾ ਹੋਵੇ ਤਾਂ ਇੱਥੇ ਕਾਲ ਪੈ ਜੂ ਦੁਨੀਆ ਵੈਸੇ ਹੀ ਮਰਿਆਂ ਵਰਗੀ ਹੋ ਜੂਗੀ ਜੀ ਜੀ ਹਨਾ ਵਾਕਈ ਜੀ ਸੋ ਇਸ ਕਰਕੇ ਮਿਊਜ਼ਿਕ ਤਾਂ ਚੱਲਣਾ ਹੀ ਚੱਲਣਾ 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 ਇਹਨੂੰ ਕੋਈ ਰੋਕ ਹੀ ਨਹੀਂ ਸਕਦਾ ਹਨਾ ਜੀ ਜੀ ਜੇ ਪੰਜਾਬ 'ਚ ਰੋਕ ਲੈਣਗੇ ਲੋਕ ਬਾਹਰ ਚੱਲੀ ਜਾਣਾ ਜੀ ਜੀ ਫਿਰ ਤੁਸੀਂ ਕਿੱਥੇ ਕਿੱਥੇ ਰੋਕ ਲਓਗੇ ਸੋ ਇੰਗਲੈਂਡ ਜਾਂ ਇੰਗਲੈਂਡ ਦੀ ਇੰਡਸਟਰੀ ਪੂਰਾ ਐਂਟਰਟੇਨਮੈਂਟ ਕਰਦੇ ਉਹਨਾਂ ਨਾਲ ਸਾਨੂੰ ਵੀ ਨਹੀਂ ਦੱਸਣਾ ਆਉਂਦਾ ਵੀ ਅਸੀਂ ਐਕਸਪਲੇਨ ਨਹੀਂ ਕਰ ਪਾ ਰਹੇ ਕਿ ਸਾਡੇ ਗੀਤਾਂ ਦੇ ਨਾਲ ਪੰਜਾਬ ਜਿਹੜਾ ਯੂਥ ਆ ਫੋਰਨ ਯੂਥ ਆ ਉਹਨੂੰ ਆਪਣੇ ਪੰਜਾਬ ਦੀਆਂ ਕਈ ਚੀਜ਼ਾਂ ਦਾ ਪਤਾ ਲੱਗਦਾ ਉਹ ਸਾਡੇ ਵੀਡੀਓਜ਼ ਰਾਹੀਂ ਦੇਖਦੇ ਆ ਕਈ ਲੋਕ ਆਉਂਦੇ ਨਹੀਂ ਕਿ ਨਿਆਣੇ ਇੱਧਰ ਉਹ ਹੁੰਦੇ ਤਾਂ ਪੰਜਾਬੀ ਆ ਪੰਜਾਬੀ ਬੋਲਦੇ ਵੀ ਆ ਅਤੇ ਉਹਨਾਂ ਨੂੰ ਪੰਪਲ ਕਰਨ ਲਈ ਇੱਕ ਪੰਜਾਬੀ ਮਿਊਜ਼ਿਕ ਆ ਪੰਜਾਬੀ ਇੰਡਸਟਰੀ ਆ ਜਿਹੜੀ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਮਾਧਿਅਮ ਹਾਂ ਬਿਠਾ ਕੇ ਸ਼ਾਇਦ ਤੁਸੀਂ ਸਕੂਲ 'ਚ ਇੰਨਾ ਟੀਚ ਨਾ ਕਰ ਸਕਦੇ ਜਿੰਨਾ ਮਿਊਜ਼ਿਕ ਰਾਹੀਂ ਸਿੱਧਾ ਡਾਇਰੈਕਟਲੀ ਇਫੈਕਟ ਹੁੰਦਾ ਜੀ ਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਇਹਦੇ 'ਚ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਕੋਈ ਆਪਣੇ ਵੱਲੋਂ ਨਹੀਂ ਕੀਤੀ ਇਹ ਹੈ ਹੀ ਸੱਚਾਈ ਹੈ ਮਿਊਜ਼ਿਕ ਇੱਕ ਦਿਲਾਂ ਦੀ ਸਾਂਝ ਹੈ ਦਿਲਾਂ ਤੋਂ ਨਿਕਲਦੀ ਇੱਕ ਆਵਾਜ਼ ਹੁੰਦੀ ਹੈ ਜਿਹਨੂੰ ਸਾਰੇ ਸੁਣਦੇ ਹੈ ਮਿਊਜ਼ਿਕ ਕੌਣ ਨਹੀਂ ਲਾਈਕ ਕਰਦਾ ਆਪਣੇ ਘਰਾਂ 'ਚ ਕੋਈ ਫੰਕਸ਼ਨ ਹੋਏ ਉੱਥੇ ਆਪਾਂ ਮਿਊਜ਼ਿਕ ਪਹਿਲੇ ਰੱਖਦੇ ਹਾਂ ਜੀ ਹੈ ਨਾ ਕੁਛ ਵੀ ਹੋਏ ਅਤੇ ਬਹੁਤ ਸਹੀ ਕਿਹਾ ਜੀ ਮੱਖਣ ਸਾਹਿਬ ਅਤੇ ਮੱਖਣ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਦੇਖੇ ਹੋਣੇ ਅੱਜ ਦੇ ਸਿੰਗਰਸ ਹੈ ਨਾ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਸਹੀ ਟਰੈਕ 'ਤੇ ਚੱਲ ਰਹੇ ਨੇ ਹਾਂਜੀ ਹਾਂਜੀ ਸਹੀ ਟਰੈਕ 'ਤੇ ਚੱਲ ਰਿਹਾ ਮਿਊਜ਼ਿਕ ਤਾਂ ਮਿਊਜ਼ਿਕ ਆ ਜੀ ਟਰੈਂਡ ਬਦਲਦੇ ਰਹਿੰਦੇ ਆ ਜੀ ਜਿੱਦਾਂ ਪਹਿਲਾਂ ਮੈਂ ਆ ਕੇ ਟਰੈਂਡ ਬਦਲਿਆ ਬਾਹਰਲਾ ਮਿਊਜ਼ਿਕ ਲਿਆਂਦਾ ਅਮਨ ਹੇਰ ਦਾ ਜੀ ਮੈਂ ਤਾਂ ਜੈ ਜੀ ਵੀ ਨੇ ਜੀ ਜੀ ਬਿਲਕੁਲ ਇੰਡਸਟਰੀ ਦੇ ਵਿੱਚ ਨਵਾਂ ਉਹ ਬਾਹਰ ਚੱਲਦਾ ਸੀ ਉਸ ਟਾਈਮ ਵੀ ਉਹ ਬਾਹਰ ਫੋਰਨ 'ਚ ਇੰਗਲੈਂਡ 'ਚ ਹਿੱਟ ਸੀ ਜੀ ਬਟ ਪੰਜਾਬ 'ਚ ਨਹੀਂ ਸੀਗਾ ਉਹ ਮੇਰੇ ਰਾਹੀਂ ਜੈ ਜੀ ਵੀ ਰਾਹੀਂ ਇਹ ਸਟਾਰਟ ਹੋਇਆ ਉਹਦੇ ਵਿੱਚ ਰੈਪਰ ਆਉਣ ਲੱਗ ਪਏ ਇੰਗਲਿਸ਼ ਵਰਲਡ ਆਉਣ ਲੱਗ ਪਈ ਉਹਨੂੰ ਮਿਕਸ ਕਰਕੇ ਕਿ ਸਾਡੀ ਜਿਹੜੀ ਵਰਲਡਿੰਗ ਆ ਉਸ ਯੂਥ ਦੇ ਨਾਲ ਅਟੈਚ ਹੋਵੇ ਉਹਨਾਂ ਨੂੰ ਪੰਜਾਬ ਬਾਰੇ ਪਤਾ ਲੱਗੇ ਜੀ 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 ਠੀਕ ਨਹੀਂ ਜੀ ਜੀ ਸੋ ਇਹ ਸਾਰਾ ਜਿੱਦਾਂ ਕੀ ਕਹਿੰਦੇ ਹੁੰਦੇ ਆ ਇੱਕ ਗੁਲਦਸਤਾ ਬਣਦਾ ਹੈ ਜੀ ਜੀ ਸੋ ਇਸ ਕਰਕੇ ਮੈਂ ਉਹ ਪਹਿਲਾਂ ਬਹੁਤ ਕੁਛ 20 ਸਾਲ ਪਹਿਲਾਂ ਕਰ ਦਿੱਤਾ ਜੀ ਜੀ ਜਿਹੜਾ ਅੱਜ ਚੱਲ ਰਿਹਾ ਹੁਣ ਤੁਸੀਂ ਪਤਾ ਕਰੋ ਕੌਣ ਕੁੜੀ ਇਸ ਟਾਈਮ ਨੰਬਰ 1 ਤੇ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਆ ਉਹੀ ਮਿਊਜ਼ਿਕ ਆ 20 ਸਾਲ ਪਹਿਲਾਂ ਤੇ ਮੈਂ ਨਹੀਂ ਸੌਂਗ ਆ ਡੀ ਜੇ 'ਤੇ ਵੱਜਦੇ ਆ ਸੋ ਕਹਿੰਦਾ ਮਤਲਬ ਵੀ ਉਹ ਚੀਜ਼ ਕਰ ਰਿਹਾ ਯੂਥ ਤੇ ਵੈਰੀ ਗੁੱਡ ਜੀ ਜੀ ਨਵਾਂ ਵਧੀਆ ਠੀਕ ਹੈ ਨਵੀਂ ਸੋਚ ਮਤਲਬ ਨਵੀਂ ਨਵਾਂ ਹੀ ਆ ਜੀ ਉਸ ਟਾਈਮ ਵੀ ਨਵਾਂ ਹੁਣ ਵੀ ਨਵਾਂ ਇਹ ਤਾਂ ਚੱਲੀ ਜਾਣਾ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਤੇ ਮੱਖਣ ਸਾਹਿਬ ਜਿਵੇਂ ਕਿ ਇਹ ਪੁਰਾਣੇ ਸੌਂਗ ਤੁਹਾਡੇ ਹੈਗੇ ਸੀ ਮਿੱਤਰਾਂ ਦੇ ਨਹੀਂ ਚੱਲਣੀ ਹੈ ਬਦਮਾਸ਼ੀ ਹਾਂ ਨਹੀਂ ਇਹ ਜੀ ਸੋਲਿਡ ਵਰਡਿੰਗ ਆ ਤੇ ਪੰਜਾਬ ਦੀ ਗੱਲ ਆ ਜੀ ਇਹ ਪੰਜਾਬ ਮਤਲਬ ਦੁਬਾਰਾ ਨਹੀਂ ਆਏ ਉਸ ਤਰ੍ਹਾਂ ਦੇ ਗੀਤ ਤੁਹਾਡੇ ਨਹੀਂ ਆ ਤੁਸੀਂ ਦੇਖੋ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ ਜੀ ਜੀ ਤੇ ਮੰਗਲ ਗ੍ਰਹਿ ਤੱਕ ਸੋਚ ਰੱਖਦਾ
ਘੈਂਟ ਵਰਡਿੰਗ ਸੋਲਿਡ ਵਰਡਿੰਗ ਪੰਜਾਬੀਆਂ ਦੇ ਰੂਹ ਦੀ ਖੁਰਾਕ ਜਿਹੜੀ ਮੈਂ ਮੇਰੇ ਤੋਂ ਗਾ ਹੀ ਉਹ ਕੁਛ ਹੋਣਾ ਜੀ ਹੁਣ ਆਪਾਂ ਨਾ ਤਾਂ ਕਾਫੀ ਗਾ ਸਕਦੇ ਹਾਂ ਨਾ ਗਜ਼ਲ ਨਾ ਨਾ ਕਵਾਲੀ ਆਪਣੇ ਕੋਲ ਸਿੱਧੇ ਸਿੱਧੇ ਢੋਲ ਢਮੱਕੇ ਵਾਲੇ ਐਂਟਰਟੇਨਮੈਂਟ ਵਾਲੇ ਗੀਤ ਹੈਗੇ ਆ ਅਤੇ ਉਹ ਆਪਾਂ ਕਰੀ ਜਾਂਦੇ ਹਾਂ ਅਤੇ ਕਰਦੇ ਰਵਾਂਗੇ ਜਿੰਨਾ ਟਾਈਮ ਤੁਹਾਡੇ ਚਾਹੁਣ ਵਾਲਿਆਂ ਨੂੰ ਕਿਹੜੇ ਕਿਹੜੇ ਗੀਤਾਂ ਦੇ ਰੂਬਰੂ ਹੋਣਗੇ ਉਹ ਤੁਹਾਡੇ ਰਾਹੀਂ ਹਾਂਜੀ ਉਹ ਮੈਂ ਟਾਈਟਲ ਹੁੰਦੇ ਜੀ ਉਹ ਡਿਸਕਲੋਜ਼ ਨਹੀਂ ਕਰਨੇ ਬਸ ਆਈ ਜਾਣੇ ਮੰਥ ਆਫਟਰ ਮੰਥ ਇੱਦਾਂ ਠੀਕ ਹੈ ਕਰੀ ਜਾਵਾਂਗੇ ਬੈਕ ਟੂ ਬੈਕ ਚੱਲ ਰਿਹਾ ਕੰਮ ਜੀ ਜੀ ਅਤੇ ਮੈਂ ਹੁਣ ਪੰਜਾਬ ਆਇਆ ਸੀ ਜੀ ਜੀ ਅਤੇ ਆਪਾਂ ਵਿਹਲਿਆਂ ਨੇ ਕੀ ਕਰਨਾ ਸੀ ਅਤੇ ਆਪਾਂ ਰਿਕਾਰਡਿੰਗ ਕੀਤੀਆਂ ਸ਼ੋ ਵਗੈਰਾ ਕੀਤੇ ਆ ਵੈਡਿੰਗ ਰਿਸੈਪਸ਼ਨ ਜੀ ਜੀ ਮੇਨ ਉਹ ਹੀ ਹੁੰਦਾ ਜੀ ਸਾਡਾ ਅਤੇ ਸੋ ਇਸ ਕਰਕੇ ਬੈਕ ਟੂ ਬੈਕ ਚੱਲੀ ਜਾਂਦਾ ਜੀ ਕੰਮ ਜੀ ਹਾਂਜੀ ਆਈ ਜਾਣੇ ਆ ਬਿਲਕੁਲ ਬਿਲਕੁਲ ਅਸੀਂ ਦੇਖੋ ਜੀ ਇਹ ਪੰਜਾਬੀਆਂ ਦੀ ਜਿਹੜੀ ਰੂਹ ਹੈ ਉਹ ਮਿਊਜ਼ਿਕ ਹੀ ਹੈ ਹਾਂਜੀ ਹਾਂਜੀ ਅਤੇ ਉਸ ਮਿਊਜ਼ਿਕ ਤੁਸੀਂ ਉਹਨੂੰ ਉਹਨਾਂ ਨੂੰ ਇੰਟਰੋਡਿਊਸ ਕਰਵਾਉਂਦੇ ਹੋ ਜੀ ਉਸ ਮਿਊਜ਼ਿਕ ਨਾਲ ਖਾਸ ਕਰ ਤੁਸੀਂ ਜਿਹੜੇ ਗਾਉਂਦੇ ਹੋ ਪੰਜਾਬ ਦੀ ਯੂਥ ਨੂੰ ਇੰਸਪਾਇਰ ਕਰਨ ਵਾਲੇ ਗੀਤ ਖਾਸ ਕਰ ਹਾਂਜੀ ਹਾਂਜੀ ਡੋਲਿਆਂ 'ਚ ਜਾਣ ਚਾਹੀਦੀ ਦੇਖੋ ਹਾਂ ਡੋਲੇ ਕੌਣ ਨਹੀਂ ਬਣਾਉਣਾ ਚਾਹੁੰਦਾ ਵਧੀਆ ਗੱਲ ਹੈ ਜੀ ਜੇ ਬਣਾਉਣਗੇ ਤਾਂ ਹਰ ਇੱਕ ਨੂੰ ਹੁੰਦਾ ਵੀ ਚਲੋ ਤੰਦਰੁਸਤੀ ਰਹੇ ਅੱਜ ਕੱਲ੍ਹ ਆਪਸ਼ਨ ਆ ਗਈ ਆ ਵੀ ਜਿਮ ਵਗੈਰਾ ਬਹੁਤ ਖੁੱਲ ਰਹੇ ਆ ਸ਼ਹਿਰਾਂ 'ਚ ਬਿਲਕੁਲ ਪਿੰਡਾਂ 'ਚ ਖੁੱਲ ਗਏ ਆ ਜੀ ਜੀ ਅਤੇ ਆਮ ਮੁੰਡੇ ਹੁਣ ਬੋਡੀ ਬਣਾਉਣਾ ਚਾਹੁੰਦੇ ਆ ਬਿਲਕੁਲ ਜੀ ਅਤੇ ਅਸੀਂ ਉੱਦਾਂ ਦੇ ਪਹਿਲਾਂ ਗੀਤ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਦਿੱਤੇ ਡੋਲਿਆਂ 'ਚ ਜਾਣ ਚਾਹੀਦੀ ਸੇਮ ਸਾਈਜ਼ ਜਾਂ ਨਹੀਂ ਪਤਾ ਲਓ ਥੋੜ੍ਹਾ ਐਂਟਰਟੇਨਮੈਂਟ ਜੀ ਜੀ ਬਿਲਕੁਲ ਹੋਰ ਹੋ ਜਾਂਦਾ ਉਹਦੇ ਲਾ ਕੇ ਫਿਰ ਨਿਆਣੇ ਜਦੋਂ ਜਿਮ 'ਚ ਲੋਹਾ ਖੜਕਾਉਂਦੇ ਵਧੀਆ ਲੱਗਦਾ ਹੋਰ ਆ ਰਹੇ ਮੇਰੇ ਇੱਕ ਦੋ ਗੀਤ ਤਾਂ ਪਹਿਲਾਂ ਮੈਂ ਗੀਤ ਗਾਇਆ ਸੀ ਸਿਹਤ ਨਾਲ ਪ੍ਰੀਤਾਂ ਫਿੱਟ ਰੱਖੀਏ ਤਵੀਤਾਂ ਅਤੇ ਸੋ ਮੇਰੇ ਵੱਲੋਂ ਕੋਸ਼ਿਸ਼ ਹੁੰਦੀ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਸੋ ਇੱਦਾਂ ਦੀਆਂ ਇਹ ਜਿਹੜੀਆਂ ਵਰਡਿੰਗ ਹੈਗੀਆਂ ਬੜੀਆਂ ਕੈਚੀ ਸਿੱਧੀਆਂ ਕੈਚੀ ਪਹਿਚਾਨ ਹੈ ਠੋਕਵੀਆਂ ਨਾ ਇਹ ਮੇਨ ਮੈਂ ਲੱਭਦਾ ਰਹਿੰਦਾ ਅਤੇ ਮੈਨੂੰ ਮਿਲਦੇ ਵੀ ਆ ਕਿਉਂਕਿ ਮੈਂ ਕਦੇ ਵੀ ਜਿੰਨੇ ਰਾਈਟਰ ਆਉਂਦੇ ਨਵੇਂ ਮੈਂ ਕਦੀ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਅਤੇ ਮੇਰੀ ਕੋਸ਼ਿਸ਼ ਹੁੰਦੀ ਆ ਉਹਨਾਂ ਨੂੰ ਬੈਠ ਕੇ ਉਹਨਾਂ ਨਾਲ ਚਾਹ ਪਾਣੀ ਪੀਵੋ ਗੱਪ ਸ਼ੱਪ ਲਾਵੋ ਵਿੱਚੋਂ ਕੋਈ ਨਾ ਕੋਈ ਚੀਜ਼ ਮਿਲਦੀ ਕਈ ਵਾਰੀ ਕੀ ਹੁੰਦਾ ਸੁਲੀਜਾ ਜੀ ਮੇਰੇ ਕੋਲ ਰਾਈਟਰ ਆਉਂਦੇ ਆ ਅਤੇ ਉਹਨਾਂ ਨੇ ਇੱਦਾਂ ਸੋਚਿਆ ਹੁੰਦਾ ਵੀ ਆਪਾਂ ਆਹ ਗੀਤ ਲੈ ਕੇ ਚੱਲਦੇ ਹਾਂ ਵੀ ਕਿ ਇਸ ਮੱਖਣ ਦੇ ਸੁਭਾਅ ਨਾਲ ਮੇਲ ਖਾਂਦਾ ਉਹ ਮੈਨੂੰ ਕਈ ਵਾਰੀ ਪਸੰਦ ਨਹੀਂ ਆਉਂਦਾ ਫਿਰ ਮੈਂ ਉਹਨਾਂ ਨੂੰ ਕਹਿੰਦਾ ਹੋਰ ਕੀ ਲਿਖਿਆ ਉਹ ਸੁਣਾਓ ਉਹ ਜਦੋਂ ਸੁਣਾਉਂਦੇ ਆ ਫਿਰ ਉਹਨਾਂ 'ਚੋਂ ਕੋਈ ਨਾ ਕੋਈ ਚੀਜ਼ ਮਿਲਦੀ ਆ ਅਤੇ ਮੈਂ ਮੇਰਾ ਖਿਆਲ ਗਿਣਤੀ 34 ਦੇ ਗਾਇਕਾਂ 'ਚ ਹੋਣਾ ਵੀ ਜਿਹੜੇ ਮੈਂ ਨਵੇਂ ਮੁੰਡਿਆਂ ਨੂੰ ਬਹੁਤ ਗਾਇਆ ਅਤੇ ਜਿੱਥੇ ਮੇਰਾ ਲਾਲ ਠੋਲੀ ਵਾਲਾ ਰਾਈਟਰ ਆ ਕਾਲਾ ਨਿਜ਼ਾਮਪੁਰੀ ਇੰਦਾ ਰਾਏ ਕੋਟੀ ਦਵਿੰਦਰ ਬੈਨੀਪਾਲ ਅਤੇ ਆਪਣੇ ਜਤਿੰਦਰ ਡਮੇਲੀ ਵਾਲਾ ਜੀ ਜੀ ਸੋ ਇਹ ਮੇਰੇ ਮਿੱਤਰ ਵੀ ਆ ਜੀ ਜੀ ਅਤੇ ਮੈਂ ਅਕਸਰ ਇਹਨਾਂ ਨਾਲ ਹੈਲੋ ਹਾਈ ਕਰ ਦਿੰਦਾ ਅਤੇ ਅਸੀਂ ਕਨੇਡਾ ਰਹਿੰਦੇ 3-4 ਇਹ ਮੇਨ ਰਾਈਟਰ ਭਿੰਦਾ ਵੀ ਉੱਥੇ ਚਲ ਗਿਆ ਜਮਸ਼ੀਰ ਵਾਲਾ ਜੀ ਜੀ ਸੋ ਮਿੰਟੂ ਹੀਰਾਂ ਵਾਲਾ ਆ ਅਤੇ ਮੈਂ ਹੋਰ ਬਹੁਤ ਆ ਜਾਣੀ ਕਿ ਲੰਬੀ ਕਤਾਰ ਆ ਹੁਣ ਨਾਂ ਤਾਂ ਨਹੀਂ ਲਏ ਹੁਣੇ ਜੀ ਜੀ ਅਤੇ ਇਹਨਾਂ ਨੂੰ ਮੈਂ ਆਲਵੇਜ਼ ਪਹਿਲਾਂ ਕਾਲ ਕਰਨੀ ਹੁੰਦੀ ਆ ਵੀ ਆਪਾਂ ਹੁਣ ਗੀਤ ਕਰਨਾ ਅਤੇ ਦੇਖੋ ਤਾਂ ਕੋਈ ਮਿਲ ਸਕਦਾ ਗੀਤ ਤੇ ਠੀਕ ਹੈ ਨਹੀਂ ਤਾਂ ਨਵੇਂ ਮੁੰਡੇ ਆਉਂਦੇ ਰਹਿੰਦੇ ਆ ਤੇ ਆਹ ਹੀ ਤੁਸੀਂ ਸਾਹਮਣੇ ਬੈਠੇ ਇੱਥੇ ਡੇਕ ਥੱਲੇ ਬਹਿ ਕੇ ਚਾਹ ਦਾ ਕੱਪ ਪੀ ਕੇ ਤਾਂ ਗੀਤ ਲੱਭ ਲਈਦਾ ਸ਼ਿਕਾਰ ਮਾਰ ਲਈਦਾ ਇੱਦਾਂ ਕਹਿ ਲਓ ਤੁਹਾਡੇ ਇੰਨੀ ਕੁ ਚੀਜ਼ ਨਾਲ ਹੀ ਸਾਰੇ ਪੰਜਾਬ 'ਚ ਧੁੰਮਾਂ ਪੈ ਜਾਂਦੀਆਂ ਹੋਰ ਕੀ ਚਾਹੀਦਾ ਜੀ ਸਾਡਾ ਦਿਲ ਲੱਗ ਜਾਂਦਾ ਸਾਰਿਆਂ ਦਾ ਅਤੇ ਮੈਂ ਹੁਣ ਜਿਹੜਾ ਮੇਰਾ ਦੌਰ ਚੱਲ ਰਿਹਾ ਇਹ ਗੋਪੀ ਸੰਧੂ ਮੇਰਾ ਪੇਂਡੂ ਆ ਛੋਟਾ ਵੀਰ ਆ ਮੇਰਾ ਉਹ ਵੀ ਕਨੇਡਾ ਚੱਲ ਗਿਆ ਜੀ ਜੀ ਅਤੇ ਉਹਦੇ ਮੈਂ ਕਾਫੀ ਗੀਤ ਆਹ ਜਿਹੜੇ ਹੁਣ ਮੈਂ ਦੱਸਿਆ ਫਲੱਡ ਬੈਕ ਮਾਈ ਬੋਇਜ਼ ਹੋਰ ਗੀਤ ਆ ਰਹੇ ਆ ਤੈਨੂੰ ਪਤਾ ਸਾਡੇ ਨਾਲ ਕੌਣ ਕੌਣ ਹੁੰਦਾ ਅਤੇ ਇਹ ਗੀਤ ਗੋਪੀ ਸੰਧੂ ਨੇ ਲਿਖੇ ਹੋਰ ਗੋਪੀ ਸੰਧੂ ਦੇ 2-3 ਗੀਤ ਟਰੈਕ ਰੈਡੀ ਟੂ ਗੋ ਆ ਅਤੇ ਉਹ ਮੈਂ ਜਲਦੀ ਮਾਰਕੀਟ ਵਿੱਚ ਆ ਜਾਣੇ ਠੀਕ ਠੀਕ ਜੀ ਅਤੇ ਭਾਅ ਜੀ ਤੁਹਾਡੇ ਚਾਹੁਣ ਵਾਲੇ ਨੇ ਸਵਾਲ ਬੜੇ ਮਤਲਬ ਸਾਡੇ ਕੋਲ ਵੀ ਆਏ ਸੀ ਇਹ ਪੁੱਛਣਾ ਜ਼ਰੂਰ ਉਹ ਕਹਿੰਦੇ ਸੀ ਕਿ ਫਿਲਮਾਂ ਇੱਕ ਫਿਲਮ ਆਈ ਸੀ ਤੁਹਾਡੀ ਹੈ ਨਾ ਪਿੱਛੇ ਉਸ ਤੋਂ ਬਾਅਦ ਦੂਰੀ ਕਿਉਂ ਬਣਾਈ ਤੁਸੀਂ ਜਦਕਿ ਇੰਨੀ ਤੁਸੀਂ ਫਿੱਟ ਬੋਡੀ ਤੁਸੀਂ ਤੁਹਾਡਾ ਇੰਨਾ ਅੱਛੀ ਨੇਚਰ ਹੈ ਨਾ ਬਿਲਕੁਲ ਫਿੱਟ ਬੈਠਦੇ ਹੋ ਤੁਸੀਂ ਜੀ ਜੀ ਅਤੇ ਕੀ ਕਾਰਨ ਸੀ ਉਹ ਕਾਰਨ ਇਹ ਸੀ ਵੀ ਉਦੋਂ ਇੱਕ ਦੌਰ ਸ਼ੁਰੂ ਹੋਇਆ ਸੀ ਫਿਲਮਾਂ ਦਾ ਜੀ ਅਤੇ 13 ਦੇ ਵਿੱਚ ਫਿਰ ਮੈਂ ਗੁਰੂ ਮਹਾਰਾਜ ਦੀ ਕਿਰਪਾ ਅੰਮ੍ਰਿਤ ਛਕ ਲਿਆ ਠੀਕ ਹੈ ਜੀ ਫਿਰ ਉਸ ਇੰਡਸਟਰੀ ਨਾਲ ਮੇਲ ਨਹੀਂ ਖਾਂਦਾ ਸੀ ਕੁਛ 2013 ਦਾ ਹਾਂਜੀ ਮੈਂ 7 ਸਾਲ ਫਿਰ ਜਿੰਨਾ ਟਾਈਮ ਆ ਝਗੜਾ ਜਿਹਾ ਨਹੀਂ ਪਿਆ ਅਤੇ ਉਹਨਾਂ ਕੁ ਟਾਈਮ ਅਸੀਂ ਫਿਰ ਐਨ ਆਪਣਾ ਗੁਰੂ ਮਹਾਰਾਜ ਦੇ ਅੱਜ ਵੀ ਆਹ ਹੁਣ ਤੁਸੀਂ ਦੇਖੋ ਮਹਾਰਾਜ ਦਾ ਪ੍ਰਕਾਸ਼ ਆ ਸਵੇਰੇ ਉੱਠ ਕੇ ਇਹਦਾ ਊਟ ਆਸਰਾ ਲੈ ਕੇ ਤੁਰੀ ਦਾ ਅਤੇ ਕਹਿਣ ਦਾ ਮਤਲਬ ਉਹ ਫਿਰ ਉਸ ਸਮੇਂ ਮੇਲ ਨਹੀਂ ਖਾਂਦਾ ਸੀ ਉਹਨਾਂ ਚੀਜ਼ਾਂ ਨਾਲ
ਤੇ ਤੁਸੀਂ ਇੰਡਸਟਰੀ 'ਚ ਜਾਣਾ ਉੱਥੇ ਖੁੱਲੀਆਂ ਗੱਲਾਂ ਬਾਤਾਂ ਕਿਤੇ ਕੋਈ ਹੁਣ ਪਤਾ ਸੋਸ਼ਲ ਮੀਡੀਆ ਤੁਸੀਂ ਪਾਸਾ ਵੀ ਨਹੀਂ ਲੈ ਸਕਦੇ ਗੱਲ ਚੱਕ ਦਿੰਦੇ ਜੀ ਹਾਂ ਤੇ ਉਹ ਮਾੜੀ ਮੋਟੀ ਕੋਈ ਗੱਲ ਕਿਸੇ ਦੀ ਸੁਣ ਵੀ ਲਈ ਆਪ ਤਾਂ ਨਹੀਂ ਤੁਸੀਂ ਕੀਤੀ ਤਾਂ ਵੀ ਬਾਤ ਦਾ ਬਤੰਗੜ ਬਣ ਜਾਣਾ ਜੀ ਜੀ ਸੋ ਇਹ ਭੈ ਦੇ ਵਿੱਚ ਰਹਿ ਕੇ ਆਪਾਂ ਉਹ ਫਿਰ ਕੋਈ ਨਹੀਂ ਫਿਲਮਾਂ ਹੁਣ ਬਣ ਜਾਣਗੀਆਂ ਜੀ ਜੀ ਹਾਂ ਬਿਲਕੁਲ ਜੀ ਬਿਲਕੁਲ ਫਿਲਮਾਂ ਕਿਹੜੀਆਂ ਤੁਹਾਡੇ ਵਾਸਤੇ ਖੁੱਲੇ ਤੁਹਾਡੇ ਵਾਸਤੇ ਤੁਹਾਡੇ ਦੇ ਵੇਟ ਕਰਦੇ ਨੇ ਜੀ ਹਾਂ ਮੇਨ ਲੀਡ ਤੇ ਨਹੀਂ ਸੈਕੰਡ ਤੇ ਆ ਜਾਾਂਗੇ ਸਰ ਹੈਨਾ ਐਵੇਂ ਨਾ ਕੋਈ ਮੇਨ ਜੀ ਤੁਸੀਂ ਮੇਨ ਜੀ ਆਣਾ ਤੇ ਮੇਨ ਜੀ ਪਸੰਦ ਕਰਦੇ ਤੁਹਾਨੂੰ ਉਹ ਨਹੀਂ ਕਹਿੰਦੇ ਦੇਣਾ ਸੈਕੰਡ ਜੇ ਕਿਸੇ ਨੇ ਇੱਕ ਸੁਣਦੇ ਹੁੰਦੇ ਆ ਵੀ ਇੱਗੀ ਦੁੱਗੀ ਢਿੱਡ ਮਲਾਉਣ ਫਾਡੀਆਂ ਨੂੰ ਗੱਫੇ ਆਉਣ ਉਹਦੇ ਵਿੱਚ ਕਈ ਵਾਰੀ ਛੋਟਾ ਕਰੈਕਟਰ ਵੀ ਵੱਧ ਕੰਮ ਕਰ ਜਾਂਦਾ ਨਾ ਤੇ ਇਹ ਬਹੁਤ ਵਾਰੀ ਤੁਹਾਡਾ ਬੜਪਨ ਹੈ ਜੀ ਬੜਪਨ ਜਿਹੜੇ ਇਹਨੇ ਗੱਲਾਂ ਤੇ ਭਾਜੀ ਜੇ ਹੁਣ ਆਪਾਂ ਜੇ ਥੋੜ੍ਹਾ ਜਿਹਾ ਆਪਾਂ ਪਿੱਛੇ ਜਾਈਏ 2013 ਦੀ ਗੱਲ ਹੈ ਨਾ ਤੁਸੀਂ ਜੋ ਸਿੱਖੀ ਵੱਲ ਮੁੜੇ ਸੀ ਜੋ ਤੁਸੀਂ ਵਾਪਸ ਆਏ ਹੋ ਕੀ ਮਤਲਬ ਉੱਥੋਂ ਜੇ ਕੋਈ ਤੁਹਾਨੂੰ ਸਵਾਲ ਜਵਾਬ ਹੋਏ ਉੱਥੋਂ ਕੁਛ ਉਹ ਤਾਂ ਆਬਵੀਅਸਲੀ ਸਵਾਲ ਜਵਾਬ ਤਾਂ ਹੋਏ ਉਹਨਾਂ ਨਾਲ ਕੋਈ ਮਾਈਂਡ 'ਚ ਡਿਪਰੈਸ਼ਨ ਕੁਛ ਇਹਨਾਂ ਦੀ ਗੱਲਾਂ ਰਹੀਆਂ ਕਿ ਨਹੀਂ ਮੈਂ ਇਸੇ ਕਰਕੇ ਤਾਂ ਫਿਰ ਸਾਰਾ ਕੁਛ ਕੀਤਾ ਵੀ ਡਿਪਰੈਸ਼ਨ 'ਚ ਕੱਲ੍ਹ ਹੀ ਜਾਣਾ ਕਿਹੜਾ ਕਿਸੇ ਨੇ ਆ ਕੇ ਦਵਾ ਦਵਾਉਣ ਜਾਣੀ ਆਪਣੀ ਲਾਈਫ ਹੈ ਆਪਣੀ ਜ਼ਿੰਦਗੀ ਹਾਂ ਤੁਸੀਂ ਚੰਗੇ ਕਰਮ ਕਰੋ ਦੁਨੀਆਂ ਨੂੰ ਪਤਾ ਹੁੰਦਾ ਕੌਣ ਸਹੀ ਕੌਣ ਗਲਤ ਮੈਂ ਇੱਕ ਗੀਤ ਵੀ ਗਾਇਆ ਸੀ ਉਹ ਦੁਨੀਆਂ ਨੂੰ ਪਤਾ ਹੁੰਦਾ ਬੰਦਾ ਚੰਗਾ ਇੱਕ ਲੰਡਰ ਤੇ ਮੈਂ ਉਹ ਕੰਜਰ ਉੱਥੇ ਸ਼ਬਦ ਵਰਤਿਆ ਸੀ ਉੱਥੇ ਵੀ ਇੱਕ ਇਸ਼ੂ ਉੱਠ ਖੜਿਆ ਸੀ ਬੋਂਬੇ ਤੋਂ ਕੋਈ ਹੈਗੇ ਆ ਮੈਨੂੰ ਪਤਾ ਨਹੀਂ ਸੀ ਵੀ ਕੰਜਰ ਇੱਕ ਕੌਮ ਆ ਤੁਹਾਡੇ ਸ਼ਾਇਦ ਤੁਹਾਨੂੰ ਵੀ ਹੁਣ ਮੈਨੂੰ ਲੱਗਦਾ ਤੁਹਾਨੂੰ ਵੀ ਇਸ ਗੱਲ ਦਾ ਹਜੇ ਹੈਗੇ ਫਿਰ ਠੀਕ ਆ ਉਹ ਹੈਗੇ ਆ ਉਹਨਾਂ ਨੇ ਐਫ ਆਰ ਆਈ ਦਾ ਪ੍ਰੋਗਰਾਮ ਬਣਾ ਲਿਆ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਸ ਗੱਲ ਦਾ ਤੇ ਉੱਥੇ ਫਿਰ ਅਸੀਂ ਸ਼ਬਦ ਉਹਨੂੰ ਦੁਬਾਰਾ ਡਬਿੰਗ ਕੀਤੀ ਉਹ ਸੀਗੀ ਵਰਡਿੰਗ ਦੁਨੀਆਂ ਨੂੰ ਪਤਾ ਹੁੰਦਾ ਦੁਨੀਆਂ ਨੂੰ ਪਤਾ ਹੁੰਦਾ ਜੀ ਬੰਦਾ ਚੰਗਾ ਹੈ ਜਾਂ ਕੰਜਰ ਠੀਕ ਹੈ ਠੀਕ ਤੇ ਸੌਂਗ ਆ ਗਿਆ ਸੀ ਇਹ ਵਾਲਾ ਆਇਆ ਸੀ ਹਾਂ ਮੈਂ ਗਾਉਣਾ ਸਟੇਜਾਂ ਤੇ ਅੱਛਾ ਅੱਛਾ ਤੇ ਇਹ ਸਾਰਾ ਦੁਨੀਆਂ ਨੂੰ ਪਤਾ ਹੁੰਦਾ ਆ ਅੱਛਾ ਅੱਛਾ ਵੀ ਕੀ ਗਲਤ ਆ ਕੀ ਸਹੀ ਆ ਹੁਣ ਮੈਂ ਆਪਣੇ ਆਪ ਨੂੰ ਵਧੀਆ ਕਹੀ ਜਾਵਾਂ ਜਾਂ ਮਾੜਾ ਕਾਹ ਲਈ ਆਪਣੇ ਆਪ ਨੂੰ ਕਹਿਣਾ ਜੀ ਜੀ ਬਿਲਕੁਲ ਤੇ ਪਰ ਸਾਰਾ ਕੁਛ ਕਲੀਅਰ ਹੁੰਦਾ ਜੀ ਜੀ ਤੇ ਭਾਅ ਜੀ ਇਹ ਕੀ ਕੰਟਰੋਵਰਸੀ ਜਿਹੜੀ ਹੁੰਦੀ ਹੈ ਕਿ ਤੁਹਾਡੇ ਆਲੇ ਦੁਆਲੇ ਘੁੰਮਦੇ ਨੇ ਕਿ ਐਵੇਂ ਤਾਂ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੇ ਆਲੇ ਦੁਆਲੇ ਆਪਣੀ ਹੋਰ ਇੰਟਰਵਿਊ ਕਰ ਰਹੇ ਹਾਂ ਆਲੇ ਦੁਆਲੇ ਹੋਣ ਕੁਛ ਪਤਾ ਲੱਗਦਾ ਤੁਹਾਨੂੰ ਲੱਗਦਾ ਕਿ ਤੁਹਾਡੇ ਵੱਲ ਜ਼ਿਆਦਾ ਲੋਕਾਂ ਦਾ ਧਿਆਨ ਹੈ ਬਿਲਕੁਲ ਬਿਲਕੁਲ ਆਪਾਂ ਕਹਿ ਸਕਦੇ ਹਾਂ ਤੇ ਅੱਜ ਉਹਨਾਂ ਨੂੰ ਸੁਨੇਹਾ ਦੇ ਦਿਓ ਭਾਅ ਜੀ ਕੁਛ ਸਾਡੇ ਪ੍ਰੋਗਰਾਮ ਰਾਹੀਂ ਕਿ ਕੀ ਕਰਨ ਉਹ ਕੋਈ ਕੰਮ ਕਰਨ ਆਪਣਾ ਜਾਂ ਤੁਹਾਡੇ ਵੱਲ ਹੀ ਪਿੱਛੇ ਨਹੀਂ ਲੱਗੇ ਰਹਿਣ ਦਿਓ ਉਹ ਉਹਨਾਂ ਦਾ ਕਰਮ ਆ ਠੀਕ ਹੈ ਠੀਕ ਆ ਆਪਣਾ ਕਰਮ ਆ ਆਪਾਂ ਹੁਣ ਐਵੇਂ ਵਿਦਆਊਟ ਰੀਜ਼ਨ ਨਹੀਂ ਮੈਂ ਕੰਟਰੋਵਰਸੀ 'ਚ ਮੈਂ ਉਹ ਫੇਮ ਨਹੀਂ ਚਾਹੁੰਦਾ ਠੀਕ 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 ਨਹੀਂ ਇੱਥੇ ਦੋ ਬੋਲ ਮੈਂ ਬੋਲਦੇ ਹਾਂ ਠੀਕ ਤੇ ਅੱਗ ਭਬੂਲਾ ਹੋ ਜਾਣਾ ਕੰਮ ਹਾਂ ਬਿਲਕੁਲ ਤੇ ਆਈ ਡੋਂਟ ਵਾਂਟ ਇਟ ਕਿਉਂਕਿ ਮੈਂ ਇਹ ਚੀਜ਼ ਦੇ ਨਾਲ ਪ੍ਰਸਿੱਧੀ ਘੱਟਾਂ ਮੈਂ ਉੱਦਾਂ ਹੀ ਠੀਕ ਆ ਜਿੱਥੇ ਜਾਂਦੇ ਆ ਉੱਤਰਦੇ ਆ ਅਗਲਿਆਂ ਨੂੰ ਪਤਾ ਆ ਵੀ ਬਿਲਕੁਲ ਇਹ ਕੀ ਆ ਸਮੱਖਣ ਹੋਰ ਕੀ ਚਾਹੀਦਾ ਰੱਬ ਤੋਂ ਜੇ ਸ਼ੋਰਤ ਵਾਲੇ ਪਾਸੇ ਨੂੰ ਜਾਣਾ ਬਿਲਕੁਲ ਬਿਲਕੁਲ ਤੇ ਐਵਰੀਬਾਡੀ ਨੋਜ਼ ਪੰਜਾਬੀਆਂ ਨੂੰ ਪਤਾ ਚੰਗੀ ਤਰ੍ਹਾਂ ਜੀ ਜੀ ਬਈ ਜਿੰਦਾਬਾਦ ਆ ਕੰਮ ਜੀ ਜੀ ਬਾਲਾ ਐਵੇਂ ਤਾਲੇ ਕੰਮ ਦੀ ਕੋਈ ਲੋੜ ਨਹੀਂ ਜੇ ਮਹਾਰਾਜ ਨੇ ਤੁਹਾਨੂੰ ਸ਼ੋਰਤ ਬਖਸ਼ ਦਿੱਤੀ ਆ ਸ਼ੋਰਤ ਮਾੜੀ ਚੀਜ਼ ਨਹੀਂ ਕੋਈ ਜੀ ਜੀ ਤੇ ਕਈ ਵਾਰੀ ਇੱਦਾਂ ਮੈਂ ਇੱਕ ਵਾਰੀ ਮੈਂ ਤੁਹਾਨੂੰ ਵਾਕਿਆ ਦੱਸਦਾ ਜੀ ਜੀ ਸਾਡੇ ਨਾਲ ਆ ਜੁੜੇ ਨੇ ਜੀ ਬਿੱਲਾ ਟੇਸੀ ਜੀ ਕਿੰਦਾ ਟੇਸੀ ਜੀ ਦੇ ਬ੍ਰਦਰ ਦੀ ਗ੍ਰੇਟ ਪੰਜਾਬੀ ਸ਼ੋਅ ਦੇ ਓਨਰ ਸਾਡਾ ਸੁਭਾਗ ਹੈ ਜੀ ਤੁਸੀਂ ਆਏ ਸਾਡੇ ਨਾਲ ਇਹ ਫਾਰਮਰ ਕਬੱਡੀ ਪਲੇਅਰ ਵੀ ਨੇ ਜੀ ਵੈਲਕਮ ਜੀ ਤੁਹਾਡਾ ਸਲੂਜਾ ਜੀ ਉਹ ਗੱਲ ਵਿੱਚ ਰਹਿ ਗਈ ਜੀ ਜੀ ਪਲੀਜ਼ ਕੈਰੀ ਓਨ ਤੁਹਾਨੂੰ ਵਾਕਿਆ ਦੱਸਦਾ ਜੀ ਜੀ ਕਿ ਟੋਰਾਂਟੋ ਇੱਕ ਰੇਡੀਓ ਪ੍ਰੋਗਰਾਮ 'ਤੇ ਆਪਾਂ ਗਏ ਸ਼ੋਅ ਸੀ ਉੱਥੇ ਚੱਲ ਰਹੇ ਜੀ ਜੀ ਉੱਥੇ ਹੋਸਟ ਨੇ ਸਾਰਿਆਂ ਨੂੰ ਕੁਐਸਚਨ ਕੀਤਾ ਅਤੇ ਉਸ ਟਾਈਮ ਮੈਂ ਉਹਨਾਂ ਤੋਂ ਜੂਨੀਅਰ ਸੀ ਸਾਰਿਆਂ ਤੋਂ ਅਤੇ ਮੈਂ ਵੀ ਉਸ ਸ਼ੋਅ ਦੇ ਵਿੱਚ ਸੀ ਉਹਨਾਂ ਨੇ ਸਾਰਿਆਂ ਨੂੰ ਕੁਐਸਚਨ ਕੀਤਾ ਵੀ ਤੁਸੀਂ ਪੈਸਾ ਪਿਆਰ ਜਾਂ ਸ਼ੋਹਰਤ ਇਹਨਾਂ ਤਿੰਨਾਂ ਚੀਜ਼ਾਂ 'ਚੋਂ ਕਿਹੜੀ ਨੂੰ ਪ੍ਰੈਫਰ ਕਰਦੇ ਆ ਨਾ ਕਿਹੜੀ ਨੂੰ ਪਹਿਲ ਦਿੰਦੇ ਆ ਜੀ ਜੀ ਅਤੇ ਉਹ ਸਾਡੇ ਜਿੰਨੇ ਵੀ ਆਰਟਿਸਟ ਸੀਗੇ ਅੱਛਾ ਮੈਂ ਨਾਂ ਨਹੀਂ ਲਊਂਗਾ ਮੈਂ ਪਹਿਲਾਂ ਹੀ ਕਲੀਅਰ ਕਰਦਾ ਠੀਕ ਹੈ ਉਹ ਕਹਿੰਦੇ ਜੀ ਸਾਨੂੰ ਪਿਆਰ ਚਾਹੀਦਾ ਅਤੇ ਟਰਨ ਬਾਈ ਟਰਨ 3-4 ਆਰਟਿਸਟ ਸੀ ਫਿਰ ਮੇਰੀ ਵਾਰੀ ਆਈ ਆ ਐਂਡ 'ਤੇ ਅਤੇ ਉਹਨਾਂ ਨੇ ਮੈਨੂੰ ਵੀ ਸੇਮ ਕੁਐਸਚਨ ਕੀਤਾ ਵੀ ਤੁਹਾਨੂੰ ਮੈਂ ਕਿਹਾ ਜੀ ਮੈਨੂੰ ਤਿੰਨੇ ਹੀ ਚਾਹੀਦੇ ਆ ਠੀਕ ਉਹ ਕਹਿੰਦੇ ਵੀ ਇਹ ਐਕਸਪਲੇਨ ਕਰੋ ਹਾਂ ਐਕਸਪਲੇਨ ਕਰੋ ਮੈਂ ਕਿਹਾ ਦੇਖੋ
प्यार मैं क्या मैं नहीं कहता भी ये झूठ बोलते हैं जी जी मेरा मानना यह भी असी सवेर तो लैके महाराज की अरदास करते हैं जिस भी फील्ड च हैं तुसी जी जी बिल्कुल भाई मैनू सक्सेस मिले जी जी नो डाउट नो डाउट तो फिर वो तो अर्निंग भी चाहिए है जी जी है ना बिल्कुल टेड लगा सारे टेड लगा तुसी कर दसता ही सोली पैसा भी चाहिए जी जी तो शोहरत भी चाहिए है जो थोड़ा शोहरत इन ही कहें जो थोड़ी पब्लिक सिटी थोड़ा सारे पता लगता पता लग गया सो जो थोड़ा पता लगता फिर उतों थानू जी जी आया अर्निंग होगी जी जी पैसा आऊगा जी जी बिल्कुल फिर तुसी होर जेदी कोठी दाने ओदे कमले भी सियाने जी जी है ना ओ फिर गल बनदी आ सिस्टम मेनू इदां सीगा जी जी भी सानू तिन्ने चाहीदियां जे हुण मैं कल्ला कही जावां प्यार ते झूठी गल मैं इह नहीं कहिंदा भी उहनां ने झूठ बोलिया ते मसला भी मेरा आंसर सीगा भी मैं कहा भी मैनू तिन्ने चाहीदियां दोस्त पैसा भी चाहीदा ते शोहरत भी चाहीदी है प्यार भी चाहीदा दोस्तों यह होंगी है जी क्लीयर ते कंप्लीट गल सच्चाई गल करन वाले दी बंदा ते आज ओही तुहाडे सामने रूबरू है जी ते जे आपां गल करिए बिलट एसी जी तुसी जुड़े हो साडे नाल ते अजकल ही सुनिया तुसी बड़े बिजी हो कबड्डी टूरनामेंट जे तुहानू एज ए चीफ गैसट बुला रहे ने उत्थे ते कित्थे कित्थे तुसी हो गए थोड़ा जिहा दसो जी ਬਸ ਇੱਥੇ ਆਪਣੇ ਲਾਗੇ ਵੀ ਟੂਰਨਾਮੈਂਟ ਸੀਗਾ ਸਰਾਲੀ ਹੋ ਕੇ ਇੱਥੇ ਵਰਲਡ ਕੱਪ ਸੀਗਾ ਜੀ ਜੀ ਆਪਣੇ ਕੁਛ 23 ਤਰੀਕ ਨੂੰ ਜੀ ਜੀ ਹਾਂਜੀ ਜੀ ਜੀ ਠੀਕ ਉੱਤੇ ਹੋਏ ਆਪਣੇ ਧਨੀ ਪੈਂਡ ਹੋਏ ਆ ਅੱਛਾ ਹੋਰ ਲਾਗੇ ਲਾਗ ਰੁੜਕੇ ਹੋਏ ਆ ਜੀ 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 ਆਪਣੇ ਏਰੀਏ ਦੇ ਵਿੱਚ ਠੀਕ ਹੈ ਬਹੁਤ ਵਧੀਆ ਤੇ ਸਾਨੂੰ ਕੁਝ ਦੱਸੋ ਜੀ ਇਹਨਾਂ ਬਾਰੇ ਕੁਛ ਐਵੇਂ ਕਿਉਂਕਿ ਤੁਸੀਂ ਇਹਨਾਂ ਦੇ ਦੋਸਤ ਹੋ ਜੀ ਔਰ ਦੋਸਤ ਦੋਸਤ ਦੇ ਰਾਜ਼ ਜਾਣਦਾ ਜੀ ਕੋਈ ਐਵੇਂ ਰਾਜ਼ ਦੀ ਗੱਲ ਦੱਸੋ ਜੀ ਗਲਤ ਨਾ ਦੱਸਿਓ ਚੰਗਾ ਜਿਹਾ ਦੱਸ ਦਿਓ ਸਰ ਮੈਂ ਉਹੀ ਤਾਂ ਕਢਵਾਉਣੀ ਸੀ ਸਰ ਕੋਈ ਗਲਤ ਸੱਚੀ ਸਾਰੀ ਕਢਾਣੀ ਹੈ ਜੀ ਨਹੀਂ ਨਹੀਂ ਭਾ ਬਹੁਤ ਬੰਦਾ ਨਾਈਸ ਵਾ ਮਿਲਣ ਵਾਲਾ ਮਿਲ ਜੋਰ ਵਾ ਯਾਰਾਂ ਦਾ ਯਾਰ ਵਾ ਬਸ ਇੱਕੋ ਗੱਲ ਇੱਕੋ ਲਾਈਨ 'ਚ ਤੁਸੀਂ ਸਾਰੀ ਨਿਬੇੜਤੀ ਯਾਰਾਂ ਦਾ ਯਾਰ ਠੀਕ ਹੈ ਜੀ ਨਹੀਂ ਨਹੀਂ ਅਬਲ ਪਬਲਿਕ ਲੋਕ ਮੁੰ ਜੰਗ ਸੰਦ ਬਹੁਤ ਕਰਦੇ ਲਾਈਕ ਬਹੁਤ ਕਰਦੇ ਜੀ 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 ਬਿਲਕੁਲ ਜੀ ਬਿਲਕੁਲ ਹੁਣ ਅਗਲਾ ਸੌਂਗ ਇਹਨਾਂ ਦਾ ਅੜੀਕ ਰਹਿ ਬੀਟ ਕਰ ਰਹੇ ਆ ਕਦ ਆਵੇ ਤਾਂ ਜੱਟ ਤਿਆਰ ਹੋ ਗਈ ਜਾਂ ਖੁੱਤੀ ਪਾਉਣ ਨੂੰ ਜੀ ਵਾਕਿਆ ਜੀ ਵਾਕਿਆ ਜੀ